ਅੱਜ ਕੱਲ੍ਹ ਹਰ ਇੱਕ ਦੇ ਕੋਲ ਮੋਬਾਈਲ ਕਾਰਡ, ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਹੁੰਦੇ ਹਨ। ਜਦੋਂ ਇਹ ਕਾਰਡ ਐਕਸਪਾਇਰ ਹੋ ਜਾਂਦੇ ਹਨ ਤਾਂ ਇਹਨਾਂ ਨਾਲ ਕੀ ਕੀਤਾ ਜਾਵੇ? ਇਹਨਾਂ ਪਲਾਸਟਿਕ ਕਾਰਡਾਂ ਤੋਂ ਤੁਸੀਂ ਖੂਬਸੂਰਤ ਕਲਾਕ੍ਰਿਤੀਆਂ ਬਣਾ ਸਕਦੇ ਹੋ। ਇਹਨਾਂ ਕਾਰਡਾਂ ਤੋਂ ਪਤਲੀਆਂ ਸਟ੍ਰਿਪਸ ਕੱਟ ਲਵੋ। ਇਹਨਾਂ ਸਟ੍ਰਿਪਸ ਨੂੰ ਮੋੜਿਆ ਵੀ ਜਾ ਸਕਦਾ ਹੈ, ਗੁਲਾਈ ਵੀ ਦਿੱਤੀ ਜਾ ਸਕਦੀ ਹੈ। ਇੱਕ ਵਾਰ ਜਦੋਂ ਤੁਹਾਡੇ ਕੋਲ ਬਹੁਤ ਸਾਰੀਆਂ ਸਟ੍ਰਿਪਸ ਹੋਣ, ਤੁਸੀਂ ਇਹਨਾਂ ਨੂੰ ਜੋੜ ਕੇ ਬਹੁਤ ਸੁੰਦਰ ਕਲਾਕ੍ਰਿਤੀਆਂ ਅਤੇ ਦਰਖਤ ਆਦਿ ਬਣਾ ਸਕਦੇ ਹੋ। ਤੁਸੀਂ ਇਹਨਾਂ ਨੂੰ ਇਕੱਠਾ ਕਰਕੇ ਬਹੁਤ ਹੀ ਨਜ਼ਾਕਤ ਵਾਲਾ ਖੂਬਸੂਰਤ ਡਿਜ਼ਾਈਨ ਵੀ ਬਣਾ ਸਕਦੇ ਹੋ। ਜਿਵੇਂ ਇਹ ਸਮਾਨ ਆਸਾਨੀ ਨਾਲ ਕੱਟਿਆ ਜਾ ਸਕਦਾ ਹੈ ਅਤੇ ਉਸਨੂੰ ਆਕਾਰ ਵੀ ਦਿੱਤਾ ਜਾ ਸਕਦਾ ਹੈ, ਤਾਂ ਇਹਨਾਂ ਨੂੰ ਬਹੁਤ ਵਧੀਆ ਸਾਦੇ ਬੁੱਤ ਆਦਿ ਬਣਾਏ ਜਾ ਸਕਦੇ ਹਨ। ਤੁਸੀਂ ਆਪ ਹੀ ਵੇਖ ਸਕਦੇ ਹੋ ਕਿ ਇਹਨਾਂ ਕਾਰਡਾਂ ਦੀਆਂ ਸਟ੍ਰਿਪਸ ਨਾਲ ਕਿੰਨੇ ਹੀ ਖੂਬਸੂਰਤ ਡਿਜ਼ਾਈਨ ਬਣਾਏ ਗਏ ਹਨ।